ਕੂਕਾ ਮੂਵਮੈਂਟ ਸ਼੍ਰੀ ਭੈਣੀ ਸਾਹਿਬ ਤੇ ਜਿੱਥੇ ਸ਼੍ਰੀ ਭੈਣੀ ਸਾਹਿਬ ਆਏ ਨਾਮਧਾਰੀ ਸਿੱਖ ਆਏ ਉੱਥੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨਾਮ ਆਉਂਦਾ ਹੈ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨਾਮ ਆਉਂਦਾ ਹੈ, ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਾਮ ਆਉਂਦਾ ਹੈ। ਉਸ ਤੋਂ ਉਪਰੰਤ ਮੈਂ ਇੱਥੇ ਗੱਲ ਕਰਨਾ ਚਾਹੁੰਦਾ ਕਿ ਸਤਿਗੁਰੂ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਚ ਕਈ ਵਾਰ ਆਉਂਦਾ ਹੈ ਕਿ ਜਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਪੰਜਾਬੀ ਦਾ ਪ੍ਰਸਾਰ ਕਰਨ ਦੀ ਗੱਲ ਕੀਤੀ, ਸਤਿਗੁਰੂ ਜੀ ਦਾ ਉਪਦੇਸ਼ ਸੁਣਿਆ ਕਿ ਪੰਜਾਬੀ ਦਾ ਪ੍ਰਸਾਰ ਕੀਤਾ ਜਾਏ। ਫੇਸਬੁੱਕ ਤੇ ਵੀ ਅਸੀਂ ਟਾਈਪ ਕਰਦੇ ਹਾਂ ਤੇ ਜਨਕ ਪੰਜਾਬੀ ਟਾਈਪ ਕੀਤਾ ਜਾਏ ਉਸ ਨਾਲ ਵੀ ਇਹ ਪ੍ਰਸਾਰ ਹੋ ਸਕਦਾ ਹੈ। ਤਾਂ ਉਸ ਤੋਂ ਬਾਅਦ ਮੇਰੇ ਮਨ ਚ ਵੀ ਸਤਿਗੁਰੂ ਜੀ ਦੀ ਕਿਰਪਾ ਨਾਲ ਰੋਸ਼ਨੀ ਆਈ ਤੇ ਮੈਂ ਵੀ ਕੀਬੋਰਡ ਜਿਹੜਾ ਪੰਜਾਬੀ ਦਾ ਹੁੰਦਾ ਹੈ ਉਹ ਡਾਊਨਲੋਡ ਕੀਤਾ ਤੇ ਫਿਰ ਕਰਨਾ ਸ਼ੁਰੂ ਕਰ ਦਿੱਤਾ। ਦੋ ਗੱਲਾਂ ਨੇ ਸੰਕਸ਼ਿਪਤ ਚ